ਸੱਚੇ ਨੰਬਰਗੇ ਅਲਫਾਜ਼ਾਂ ਚੋ ਜਜ਼ਬਾਤ ਤੇਰੇ ਮੈਂ ਟੋਲਾ ਐ ਮੇ ਭੇਦ ਜੁਦਲ ਵਿੱਚ ਦੱਬੇ ਤੂੰ ਮੇ ਅੱਖੀਆਂ ਸਸਿਕਲ ਜੀ ਨਮਸਕਾਰ ਅਦਾਬ ਮੈਂ ਰਾਣਾ ਰਣਵੀਰ ਤੁਹਾਡਾ ਤੂੰ ਲਿਖੇ ਮੈਂ ਬੋਲਾ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦਾ ਤੁਸੀਂ ਲਿਖਦੇ ਹੋ ਮੈਂ ਬੋਲਦਾ ਤੁਹਾਡੇ ਲਿਖੇ ਬੋਲਾਂ ਨੂੰ ਬੋਲ ਕੇ ਮੈਨੂੰ ਬਹੁਤ ਆਨੰਦ ਆਉਂਦਾ ਹੈ ਔਰ ਚੰਗਾ ਲੱਗਦਾ ਹੈ ਕਿ ਮੇਰੇ ਬਹਾਨੇ ਤੁਹਾਡੇ ਸ਼ਬਦ ਹੋਰਾਂ ਦੇ ਕੰਨਾਂ ਦੇ ਵਿੱਚ ਪੈਂਦੇ ਨੇ ਜਿਹੜੇ ਨਹੀਂ ਵੀ ਲਿਖਦੇ ਉਹ ਵੀ ਲਿਖਿਆ ਕਰੋ ਲਿਖਿਆ ਹੋਇਆ ਦਰਜ ਰਹਿੰਦਾ ਹੈ ਸ਼ਬਦ ਹਮੇਸ਼ਾ ਜਿਉਂਦੇ ਰਹਿੰਦੇ ਨੇ ਸ਼ਬਦਾਂ ਦੀ ਉਮਰ ਕੋਈ ਮਿੱਥੀ ਹੋਈ ਨਹੀਂ ਹੁੰਦੀ ਇਹ ਇਹਨਾਂ ਦੀ ਉਮਰ ਬਹੁਤ ਲੰਬੀ ਹੁੰਦੀ ਹੈ ਇਸੇ ਲਈ ਕਹਿੰਦੇ ਆ ਕਿ ਜੋ ਲਿਖਣਾ ਹੈ ਜੋ ਬੋਲਣਾ ਹੈ ਗੀਤਕਾਰਾਂ ਨੇ ਕਵਿਤਾ ਲਿਖਣ ਵਾਲਿਆਂ ਨੇ ਕਹਾਣੀਆਂ ਲਿਖਣ ਵਾਲਿਆਂ ਨੇ ਉਹ ਸੀ ਬੜਾ ਸੋਚ ਸਮਝ ਕੇ ਲਿਖੀਏ ਕਿਉਂਕਿ ਅ ਸਰਜੀਤ ਪਾਤਰ ਜੀ ਸਾਡੇ ਬਹੁਤ ਕਮਾਲ ਦੇ ਸ਼ਾਇਰ ਨੇ ਉਹਨਾਂ ਨੇ ਲਿਖਿਆ ਹੈ ਕਿ ਮੈਂ ਤਾਂ ਨਹੀਂ ਰਹਾਂਗਾ ਮੇਰੇ ਗੀਤ ਰਹਿਣਗੇ ਪਾਣੀ ਨੇ ਮੇਰੇ ਗੀਤ ਮੈਂ ਪਾਣੀ ਤੇ ਲੀਕ ਹਾਂ ਬਿਲਕੁਲ ਗੀਤ ਜਿਉਂਦੇ ਰਹਿੰਦੇ ਨੇ ਗੀਤ ਇਹੋ ਜਿਹੇ ਹੋਣੇ ਚਾਹੀਦੇ ਨੇ ਜਿਹੜੇ ਕੰਨਾਂ ਦੇ ਵਿੱਚ ਰਸ ਘੋਲਣ ਗੀਤ ਇਹੋ ਜਿਹੇ ਹੋਣੇ ਚਾਹੀਦੇ ਨੇ ਜਿਹੜੇ ਤੁਹਾਨੂੰ ਮੰਤਰ ਮੁਕਤ ਕਰਦਣ ਗੀਤ ਬੇਬੇ ਦੀ ਬਾਤ ਵਰਗੇ ਹੋ ਜਾਣੇ ਚਾਹੀਦੇ ਨੇ ਗੀਤ ਮਸ਼ੂਕ ਦੀ ਸੌ ਵਰਗੇ ਹੁੰਦੇ ਨੇ ਗੀਤ ਬਾਪੂ ਦੀਆਂ ਪਈਆਂ ਪੈਰਾਂ ਦੇ ਵਿੱਚ ਦਿਆਈਆਂ ਵਰਗੇ ਹੁੰਦੇ ਨੇ ਗੀਤ ਨੱਕਾ ਮੋੜ ਦੇ ਕਿਸਾਨ ਵਰਗੇ ਹੁੰਦੇ ਨੇ ਗੀਤ ਕਲਰਕ ਦੀ ਅੱਖ ਦੇ ਵਿੱਚੋਂ ਕਿਰ ਰਹੇ ਹੰਝੂ ਵਰਗੇ ਹੁੰਦੇ ਨੇ ਗੀਤ ਉਹਨਾਂ ਕਾਮਿਆਂ ਦੀਆਂ ਰੁਕੀਆਂ ਤਨਖਾਹਾਂ ਵਰਗੇ ਹੁੰਦੇ ਨੇ ਜਿਨ੍ਹਾਂ ਨੇ ਕੰਮ ਕੀਤਾ ਪਸੀਨਾ ਡੋਲਿਆ ਪਰ ਮੁੱਲ ਨਹੀਂ ਮਿਲਿਆ ਗੀਤ ਉਹ ਹੁੰਦੇ ਨੇ ਜਿਹੜੇ ਤੁਹਾਡੇ ਮੂੰਹ ਤੇ ਮੁਸਕਰਾਹਟ ਲਿਆ ਦਨ ਗੀਤ ਉਹ ਹੁੰਦੇ ਨੇ ਜਿਹੜੇ ਤੁਹਾਨੂੰ ਸ਼ਾਬਾਸ਼ ਦਿਵਾਉਣ ਗੀਤ ਉਹ ਹੁੰਦੇ ਨੇ ਜਿਹਦੇ ਕਿਸੇ ਦੇ ਰੁਕੇ ਹੋਏ ਹੰਝੂ ਬਾਹਰ ਲਿਆ ਤਰਨ ਗੀਤ ਉਹ ਹੁੰਦੇ ਨੇ ਜੋ ਰੋਂਦੇ ਨੂੰ ਹੌਸਲਾ ਦੇਣ ਗੀਤ ਉਹ ਹੁੰਦੇ ਨੇ ਜੋ ਬੱਕ ਬੱਕ ਕਰਦੇ ਨੂੰ ਸੱਚਜਾ ਬੋਲਣ ਲਾ ਦੇਣ ਗੀਤ ਉਹ ਹੋਣੇ ਚਾਹੀਦੇ ਨੇ ਜਿਹੜਾ ਸਾਡਾ ਮਾਣ ਹੋਣ ਸਨਮਾਨ ਹੋਣ ਗੀਤ ਇਹੋ ਜਾਂ ਹੋਵੇ ਜਿਹਦੇ ਉੱਤੇ ਨੱਚਦਿਆਂ ਨੱਚਦਿਆਂ ਜਾਨ ਜਾਨ ਦਾ ਖੌਫ ਨਾ ਹੋਵੇ ਕਿ ਪਤਾ ਨਹੀਂ ਇਸ ਠਾ ਠਾ ਕਰਦੀ ਗੋਲੀ ਨੇ ਮੇਰੀ ਜਾਨ ਲੈ ਨਾਣੀ ਹੈ ਠਾ ਠਾ ਕਰਦੇ ਗੀਤਾਂ ਤੇ ਨੱਚਣਾ ਨਾ ਗੀਤਕਾਰੀ ਨਾ ਗਾਇਕੀ ਨਾ ਸੰਗੀਤ ਗੀਤਕਾਰੀ ਗਾਇਕੀ ਲਿਖਣਾ ਇੱਕ ਅਦਰ ਵੇ ਇੱਕ ਡਿਊਟੀ ਹੈ ਇੱਕ ਜ਼ਿੰਮੇਵਾਰੀ ਹੈ ਗੱਲ ਗੀਤ ਦੀ ਚੱਲਦੀ ਹੈ ਆ ਪਿਛਲੇ ਦਿਨਾਂ ਦੇ ਵਿੱਚ ਇੱਕ ਗੀਤ ਦੀ ਗੱਲ ਬਹੁਤ ਸਾਰੇ ਆਂਖਾਂ ਦੇ ਸਾਹਮਣੇ ਬਹੁਤ ਕੰਨਾਂ ਦੇ ਵਿੱਚ ਆਈ ਆ ਦਿਲ ਨੂੰ ਹੌਲ ਪਿਆ ਭਾਵੇਂ ਕੋਈ ਸਾਜ ਨਹੀਂ ਹੁੰਦੀ ਜਦੋਂ ਕੋਈ ਤੁਰਦਾ ਹੈ ਗੀਤ ਲਿਖਣ ਵਾਲਾ ਸ਼ਬਦ ਲਿਖਣ ਵਾਲਾ ਔਰ ਇੱਕ ਛੋਟੀ ਉਮਰ ਦੇ ਵਿੱਚ ਜਦੋਂ ਅਲਵੈਦਾ ਕਹਿ ਜਾਂਦਾ ਹੈ ਔਰ ਜਦੋਂ ਕਿਸੇ ਨਾਮ ਮੁਰਾਦ ਬਿਮਾਰੀ ਦਾ ਸ਼ਿਕਾਰ ਹੋ ਕੇ ਚਲਾ ਜਾਂਦਾ ਹੈ ਉਦੋਂ ਡਾਡਾ ਅਫਸੋਸ ਹੁੰਦਾ ਹੈ ਮੈਂ ਉਸ ਕੁੜੀ ਨੂੰ ਕਦੇ ਮਿਲਿਆ ਨਹੀਂ ਨਾ ਇਹ ਉਹ ਤਾਂ ਗੁਰਪ੍ਰੀਤ ਗੀਤ ਗੁਰਪ੍ਰੀਤ ਗੀਤ ਬੜੀ ਛੋਟੀ ਉਮਰ ਦੇ ਵਿੱਚ ਸਭ ਨੂੰ ਅਲਵਿਦਾ ਕਹੇਗੀ ਉਹਦੇ ਜਾਣ ਦਾ ਅਸਲ ਦੁੱਖ ਉਹਦੇ ਨਜ਼ਦੀਕੀਆਂ ਨੂੰ ਪਤਾ ਹੋਏਗਾ ਉਹ ਮਹਿਸੂਸ ਕਰ ਸਕਦੇ ਆਂ ਸੀ ਮੈਂ ਜਿਹੜਾ ਕਿ ਉਸ ਕੁੜੀ ਨੂੰ ਕਦੇ ਮਿਲਿਆ ਨਹੀਂ ਮੈਂ ਉਹਦੀਆਂ ਲਿਖਤਾਂ ਪੜ੍ਹੀਆਂ ਉਹਦੇ ਬਾਰੇ ਜ਼ਿਕਰ ਸੁਣਿਆ ਤਾਂ ਲੱਗ ਗਿਆ ਕਿ ਕਿਹੋ ਜਿਹਾ ਮੰਚ ਹੈ ਜਿਹੜਾ ਅਸੀਂ ਨਾਮੇ ਲਿਖਣ ਵਾਲਿਆਂ ਲਈ ਇਹ ਮੰਚ ਬਣਾਇਆ ਸਾਂ ਉਸ ਕੁੜੀ ਦੀ ਗੱਲ ਕਰਨੀ ਜ਼ਰੂਰ ਪਣਦੀ ਹੈ ਪਹਿਲਾਂ ਮੈਂ ਆਪਣੀ ਟੀਮ ਵੱਲੋਂ ਤੁਹਾਡੇ ਸਾਰਿਆਂ ਵੱਲੋਂ ਗੁਰਪ੍ਰੀਤ ਗੀਤ ਨੂੰ ਨਮਨ ਕਰਦਾ ਉਸ ਦੇ ਘਰਦਿਆਂ ਤੱਕ ਅਸੀਂ ਇਹ ਸੁਨੇਹਾ ਪਹੁੰਚਾਉਂਨੇ ਆ ਕਿ ਗੀਤ ਦਾ ਘਾਟਾ ਤਾਂ ਕੋਈ ਨਹੀਂ ਪੂਰਾ ਕਰ ਸਕਦਾ ਪਰ ਗੀਤ ਦੇ ਸ਼ਬਦ ਤੁਹਾਡੇ ਨਾਲ ਨੇ ਗੀਤ ਤੇ ਗੀਤ ਤੁਹਾਡੇ ਨਾਲ ਨੇ ਗੀਤ ਦੀਆਂ ਕਵਤਾਵਾਂ ਤੁਹਾਡੇ ਨਾਲ ਨੇ ਗੀਤ ਦੀ ਕਵਿਤਾ ਦੀ ਕਿਤਾਬ ਛਪ ਕੇ ਆਉਣੀ ਸੀ ਉਸ ਬੇਟੀ ਨੂੰ ਬਹੁਤ ਉਡੀਕ ਸੀ ਉਸ ਬੀਬਾ ਨੂੰ ਬਹੁਤ ਉਡੀਕ ਸੀ ਕਿਤਾਬ ਦੀ ਪਰ ਉਹਦੇ ਜਿਉਂਦੇ ਜੀ ਕਿਤਾਬ ਨਹੀਂ ਆ ਸਕੀ ਗੀਤ ਨੂੰ ਸਾਡੀ ਟੀਮ ਵੱਲੋਂ ਇਸ ਮੰਚ ਵੱਲੋਂ ਰਾਣਾ ਰਣਵੀਰ ਸਟੂਡੀਓਜ਼ ਵੱਲੋਂ ਤੁਹਾਡੇ ਵੱਲੋਂ ਨਮਨ ਪੰਜਾਬੀ ਦੀ ਇੱਕ ਬਹੁਤ ਅੱਛੀ ਕਵਿਤਾ ਲਿਖਣ ਵਾਲੀ ਕਵਿਤਰੀ ਸਾਡੀ ਸਾਡੇ ਵੱਡੇ ਭੈਣ ਜੀ ਪਾਲ ਕੌਰ ਬਹੁਤ ਸੋਹਣਾ ਲਿਖਦੇ ਨੇ ਉਹਨਾਂ ਨੇ ਗੀਤ ਬਾਰੇ ਲਿਖਿਆ ਤੁਹਾਡੇ ਨਾਲ ਸਾਂਝਾ ਕਰਦਾ ਲਿਖਦੇ ਹੈ ਕਿੰਨੇ ਹੀ ਅਣਜੰਮੇ ਅੱਖਰ ਲੈ ਕੇ ਤੁਰ ਗਈ ਹੈ ਕੋਈ 2 ਸਾਲ ਪਹਿਲਾਂ ਕਿਤਾਬ ਚ ਪਾਉਣਾ ਚਾਹੁੰਦੀ ਸੀ ਆਖਰੀ ਪੰਗਤੀ ਸ਼ੁਰੂ ਕੀ ਉਸ ਨੂੰ ਪਤਾ ਸੀ ਕਿ ਆਖਰੀ ਪੰਗਤੀ ਸ਼ੁਰੂ ਹੋ ਗਈ ਹੈ ਕਿਵੇਂ ਕੋਈ ਭਰੀ ਪੂਰੀ ਨਜ਼ਮ ਫੁੱਲ ਸਟਾਪ ਹੋ ਜਾਂਦੀ ਹੈ ਕਿਵੇਂ ਕੋਈ ਭਰੀ ਪੂਰੀ ਨਜ਼ਮ ਫੁੱਲ ਸਟਾਪ ਹੋ ਜਾਂਦੀ ਹੈ ਉਹ ਆਪਣੀ ਕਿਤਾਬ ਲਈ ਕੋਈ ਦਸਤਖਤ ਲੱਭ ਰਹੀ ਸੀ ਪਰ ਕੀ ਪਤਾ ਸੀ ਕਿ ਆਪਣੇ ਸੁਪਨਿਆਂ ਦੀ ਤਸਕਤ ਉਸਨੇ ਆਪ ਹੀ ਬਣ ਜਾਣਾ ਹੈ। ਉਹ ਬ੍ਰਹਿਮੰਡ ਦਾ ਕੋਈ ਤਾਰਾ ਸੀ। ਇਹ ਗੱਲ ਉਹਦਾ ਕਾਫ ਮਨ ਚੰਗੀ ਤਰ੍ਹਾਂ ਜਾਣਦਾ ਸੀ। ਇਹ ਗੱਲ ਉਹਦਾ ਕਾਫ ਮਨ ਚੰਗੀ ਤਰ੍ਹਾਂ ਜਾਣਦਾ ਸੀ। ਉਹ ਕੁਦਰਤ ਤੋਂ ਕਦੇ ਵੱਖ ਹੋਈ ਹੀ ਨਹੀਂ। ਬਸ ਫਰਕ ਇਹ ਹੈ ਕਿ ਹੁਣ ਸਾਨੂੰ ਦਿਸਦੀ ਨਹੀਂ। ਇਹ ਸਾਡੀ ਹੀ ਨਜ਼ਰ ਦੀ ਹੱਦ ਹੈ। ਉਹਦਾ ਨਾਂ ਪੰਜਾਬੀ ਕਵਿਤਾ ਵਿੱਚ ਲਿਖਿਆ ਗਿਆ ਹੈ। ਗੂੜਾ ਪਾਲਕੌਰ ਪਾਲਕੌਰ ਭੈਣ ਜੀ ਨੇ ਸਹੀ ਲਿਖਿਆ ਉਸ ਬਾਰੇ ਉਸ ਦੀ ਕਿਤਾਬ ਜੋ ਉਸ ਦੀ ਅਲਵਿਦਾ ਵਾਲੇ ਦਿਨ ਆਈ ਉਸ ਕਿਤਾਬ ਦਾ ਨਾਮ ਹੈ ਸੁਪਨਿਆਂ ਦੀ ਦਸਤਖਤ ਇੱਕ ਕਵਿਤਾ ਤੁਹਾਡੇ ਨਾਲ ਸਾਂਝੀ ਕਰਦਾ ਜਿਹੜੀ ਪਾਲ ਹੋਰ ਪਾਲਕੌਰ ਹੋਰਾਂ ਨੇ ਸਾਂਝੀ ਕੀਤੀ ਹੈ ਗੁਰਪ੍ਰੀਤ ਗੀਤ ਦੀ ਕਵਿਤਾ ਗੁਰਪ੍ਰੀਤ ਗੀਤ ਲਿਖਤੀ ਹੈ ਦੇਖੋ ਇਹ ਹੈ ਲਿਖਣ ਵਾਲੇ ਦਾ ਕਮਾਲ ਕਿ ਗੁਰਪ੍ਰੀਤ ਗੀਤ ਭਾਵੇਂ ਸਰੀਰਕ ਤੌਰ ਤੇ ਸਾਡੇ ਵਿੱਚ ਨਹੀਂ ਹੈ ਪਰ ਅਸੀਂ ਹਮੇਸ਼ਾ ਕਹਾਂਗੇ ਗੁਰਪ੍ਰੀਤ ਗੀਤ ਲਿਖਦੀ ਹੈ ਜੀ ਜ਼ਿੰਦਾਬਾਦ ਗੁਰਪ੍ਰੀਤ ਗੀਤ ਤੁਸੀਂ ਲਿਖ ਰਹੇ ਹੋ ਗੁਰਪ੍ਰੀਤ ਗੀਤ ਲਿਖਦੀ ਹੈ ਮੈਂ ਸੜਕਾਂ ਤੇ ਦੌੜਨ ਵਾਲੀ ਉਹ ਜੰਗਲਾਂ 'ਚ ਭਟਕਣ ਵਾਲਾ ਦੱਸ ਉਹਦਾ ਮੇਰਾ ਕੀ ਮੇਲ ਮੈਂ ਸੜਕਾਂ ਤੇ ਦੌੜਨ ਵਾਲੀ ਉਹ ਜੰਗਲਾਂ 'ਚ ਭਟਕਣ ਵਾਲਾ 10 ਉਹਦਾ ਮੇਰਾ ਕੀ ਮੇਲ ਫਿਰ ਵੀ ਕਦੇ-ਕਦਾਈਂ ਸੜਕਾਂ ਤੇ ਫਰੇਵ ਤੋਂ ਅੱਕ ਕੇ ਜੰਗਲ ਕਿਨਾਰੇ ਬੈਠ ਰੋਂਦੀਆਂ ਬਹੁਤ ਯਾਦ ਆਉਂਦੀ ਹੈ ਕੁਦਰਤ ਸਿਸਕੀਆਂ ਸੁਣਦਾ ਸਾਰਾ ਜੰਗਲ ਕਪਰਾ ਜਾਂਦਾ ਉਹ ਆਦਮ ਦਾ ਜਾਇਆ ਕਿਸੇ ਬੂਜੇ 'ਚੋਂ ਉੱਗਦਾ ਆਖਦਾ ਸ਼ੁਕਰ ਹੈ ਮਿਲ ਪਈਏ ਅੱਖ ਗਿਆ ਸਾ ਜੰਗਲ ਦੇ ਮੌਨ ਤੋਂ ਤੇਰੀ ਸਿਸਕੀ ਨੇ ਆਬਾਦ ਕੀਤਾ ਓ ਗੱਲਾਂ ਓ ਗੱਲਾਂ ਤੇ ਆਏ ਹੰਝੂ ਉਛਾਲਦਾ ਓ ਗੱਲਾਂ ਤੇ ਆਏ ਹੰਝੂ ਉਛਾਲਦਾ ਮੈਂ ਉਹਦੀਆਂ ਅੱਖਾਂ ਚੁੱਤਰਿਆ ਫਿਕਰ ਚੁੰਮ ਲੈਂਦੀ ਹਾਂ ਫਰੇਵਲਾ ਕੁਦਰਤ ਸੰਭਾਲਦੀ ਹਾਂ ਫਰੇਵਲਾ ਕੁਦਰਤ ਸੰਭਾਲਦੀ ਹਾਂ ਗੁਰਪ੍ਰੀਤ ਗੀਤ ਨਮਨ ਭੈਣਾ ਤੈਨੂੰ ਧੀ ਰਾਣੀਏ ਆ ਸਭ ਤੰਦਰੁਸਤ ਰਹਿਣ ਲੰਬੀ ਆਮਰਾ ਹੋਣ ਚੜ੍ਹਦੀ ਕਲਾ ਚ ਰਹੋ ਸੋ ਅੱਜ ਦੀ ਰਚਨਾ ਤੂੰ ਲਿਖੇ ਮਹਿਬੂਲਾ ਦੇ ਵਿੱਚ ਪਹਿਲੀ ਜੋ ਹੈ ਉਹ ਪੜਦੇ ਆ ਤੂੰ ਲਿਖੇ ਮਹਿਬੂਲਾ ਲਿਖਦੇ ਆ ਸੁਖਪਾਲ ਸਿੰਘ ਸਿੱਧੂ ਇੱਕ ਪਲ ਲਈ ਜ਼ਿੰਦਗੀ ਰੁਕ ਗਈ ਸੀ ਇੱਕ ਪਲ ਲਈ ਜ਼ਿੰਦਗੀ ਰੁਕ ਗਈ ਸੀ ਜਦੋਂ ਨਜ਼ਰ ਪਈ ਇੱਕ ਪਾਸੇ ਸੀ ਨਿੱਕੀ ਜਹੀ ਝੁੱਗੀ ਝੌਂਪੜੀ ਸੀ ਬੈਠੇ ਚੁੱਪ ਨਾ ਮੁਖ ਤੇ ਹਾਸੇ ਸੀ ਜਦ ਕੋਲ ਗਿਆ ਤਾਂ ਚੁੱਪ ਟੁੱਟੀ ਬਾਪ ਰੋਇਆ ਹੱਥ ਫੜ ਕੇ ਮੇਰਾ ਮੇਰੇ ਬੱਚੇ ਭੁੱਖੇ ਮਰ ਰਹੇ ਕੁਝ ਇਨਾਂ ਲਈ ਕਰ ਤੂੰ ਸ਼ੇਰਾ ਮੇਰੇ ਬੱਚੇ ਭੁੱਖੇ ਮਰ ਰਹੇ ਕੁਝ ਇਨਾਂ ਲਈ ਤੂੰ ਕਰ ਸ਼ੇਰਾ ਮੈਂ ਰੋਇਆ ਹਾਂ ਕੁਰਲਾਇਆ ਹਾਂ ਕੋਈ ਸੁਣੇ ਪੁਕਾਰ ਮੇਰੀ ਕੋਲ ਬੈ ਕੇ ਮੇਰੀ ਕੋਈ ਤਾਂ ਮਦਦ ਕਰ ਦੇਵੇ ਮੈਂ ਦੇਖ ਲਿਆ ਬੜਾ ਦੁੱਖ ਸਹਿ ਕੇ ਕੋਈ ਰੱਬ ਦਾ ਭਗਤ ਹੀ ਆਣ ਮਿਲ ਜੇ ਮੈਂ ਜੀ ਨੂੰ ਹਾਲ ਸੁਣਾਵਾ ਕਰ ਜੇਰਾ ਮੇਰੇ ਬੱਚੇ ਭੁੱਖੇ ਮਰ ਰਹੇ ਕੁਝ ਇਹਨਾਂ ਲਈ ਤੂੰ ਕਰ ਸ਼ੇਰਾ ਸਾਨੂੰ ਵਕਤ ਨੇ ਆਣ ਨਚੋੜ ਲਿਆ ਸਾਥ ਮੁੱਖ ਰੱਬ ਨੇ ਵੀ ਮੋੜ ਲਿਆ ਮੈਂ ਕਰਾਂ ਸ਼ਿਕਾਇਤ ਕਿਸਮਤ ਨੂੰ ਜਿਨੇ ਨਾਤਾ ਗਰੀਬੀ ਨਾਲ ਜੋੜ ਲਿਆ ਤੇਰੇ ਪਿੰਡ ਰਾਈਏ ਦਾ ਸਿੱਧੂ ਆਵੇ ਸਾਨੂੰ ਮਹਿੰਗਾ ਪਿਆ ਬਸੇਰਾ ਮੇਰੇ ਬੱਚੇ ਭੁੱਖੇ ਮਰ ਰਹੇ ਕੁਝ ਇਹਨਾਂ ਲਈ ਤੂੰ ਕਰ ਸ਼ੇਰਾ ਸਪਾਲ ਸਿੰਘ ਸਿੱਧੂ ਹੁਰਾਂ ਦੀ ਰਚਨਾ ਬਹੁਤ ਅੱਛਾ ਸਨੇਹਾ ਦਿੰਦੀ ਹੈ ਕਿਸੇ ਲਈ ਕੁਝ ਕਰਨਾ ਆਪਣੀ ਕਮਾਈ ਦੇ ਵਿੱਚੋਂ ਦੇਣਾ ਕਿਸੇ ਨੂੰ ਸ਼ਾਬਾਸ਼ ਦੇਣੀ ਵੀ ਬਹੁਤ ਵੱਡੀ ਗੱਲ ਹੈ ਕਿਸੇ ਦੇ ਕੰਮ ਦੀ ਸ਼ਾਬਾਸ਼ ਦੇਣੀ ਕਿਸੇ ਦੇ ਕੰਮ ਨੂੰ ਹਲਾਰਾ ਦੇਣਾ ਹੰਗਾਰਾ ਦੇਣਾ ਕਿਸੇ ਨੂੰ ਪਿਆਰ ਦੇਣਾ ਕਿਸੇ ਨੂੰ ਜੱਫੀ ਪਾਉਣਾ ਕਿਸੇ ਦੀ ਫੀਸ ਭਰ ਦੇਣਾ ਅ ਕਿਸੇ ਦੇ ਨਾਲ ਖੜ ਜਾਣਾ ਬਹੁਤ ਬਹੁਤ ਵੱਡੀਆਂ ਗੱਲਾਂ ਨੇ ਅੱਛਾ ਲੱਗਦਾ ਹੈ ਅੱਛਾ ਲੱਗਦਾ ਅੱਛਾ ਲੱਗਦਾ ਚੰਗਾ ਲਿਖਿਆ ਆ ਆਰਟ ਆਫ ਗਿਵਿੰਗ ਹੋਣਾ ਚਾਹੀਦਾ ਤੁਹਾਡੇ ਕੋਲੇ ਅੱਗੇ ਹੈ ਰਚਨਾ ਇਸ਼ਕ ਗਵਾਚਾ ਇਹ ਲਿਖਣ ਵਾਲੇ ਨੇ ਅਣਪੜ੍ਹ ਜੱਸੀ ਦੇਖਦੇ ਆ ਇਸ਼ਕ ਗਵਾਚਾ ਮੇਰਾ ਕੋਈ ਲੱਭ ਲਿਆਵੋ ਨਹੀਂ ਮੰਗਦੀ ਹਾਂ ਖੈਰ ਆਪਣੇ ਮਰਸ਼ਦ ਦੀ ਕੋਈ ਖੈਰ ਮੇਰੀ ਝੋਲੀ ਪਾ ਦੇਵੋ ਨਹੀਂ ਮੁੜ ਮੁੜ ਕੇ ਮੈਂ ਪੈਂਡੇ ਦੇਖਾਂ ਦੇਖਾਂ ਤੁਰਗੇ ਰਾਹੀ ਦੇ ਜਦੋਂ ਵੀ ਜਾਗਾ ਜਦੋਂ ਵੀ ਸੌਵਾ ਸੁਪਨੇ ਆਉਂਦੇ ਮੈਨੂੰ ਮਾਹੀ ਦੇ ਲੱਭ ਲਿਆਵੋ ਕੁੜਿਓ ਨਹੀਂ ਮੇਰਾ ਇਸ਼ਕ ਗਵਾਚਾ ਏ ਮੇਰੇ ਤਨ ਅੰਦਰ ਮੇਰੇ ਮਨ ਅੰਦਰ ਮੇਰੇ ਦਿਲ ਦੇ ਹਰ ਇੱਕ ਸਾਹ ਅੰਦਰ ਇਸ਼ਕ ਉਹਦੇ ਦੀ ਚਰਚਾ ਹੈ ਆਓ ਨੀ ਕੁੜਿਓ ਵਿੱਚ ਮਸੀਤਾਂ ਮੋੜਨਾ ਯਾਰ ਮੇਰੇ ਦਾ ਕਰਜ਼ਾ ਏ ਦਿਲ ਮੇਰੇ ਦਾ ਬੂਹਾ ਖਟ ਕੇ ਖੋਲਣਾ ਯਾਰ ਲਈ ਦਰਵਾਜ਼ਾ ਏ ਇੱਧਰ ਸੁਣਦਾ ਉੱਧਰ ਸੁਣਦਾ ਸੁਣਦਾ ਅੱਲਾਹੂ ਦਾ ਆਵਾਜ਼ਾ ਏ ਮਰਸ਼ਦ ਮੇਰੇ ਨੂੰ ਸਜਦਾ ਕਰਨਾ ਕਰਨਾ ਵਿੱਚ ਨਮਾਜ਼ਾਂ ਦੇ ਮਾਹੀ ਮੇਰਾ ਸਭ ਕੁਝ ਲੁੱਟਿਆ ਲੁੱਟਿਆ ਮੌਤ ਮੇਰੀ ਦਾ ਜਨਾਜ਼ਾ ਏ ਕੋਈ ਲੱਭ ਲਿਆ ਵੋ ਕੁੜੀਓ ਨਹੀਂ ਹੋਏ ਮੇਰਾ ਇਸ਼ਕ ਗਵਾਚਾ ਏ ਨਹੀਂ ਮੇਰਾ ਇਸ਼ਕ ਗਵਾਚਾ ਏ ਇਹ ਰਚਨਾ ਅਨਪੜ੍ਹ ਜੱਸੀ ਹੋਰਾਂ ਦੀ ਸੀ ਪਰ ਬਹੁਤ ਪੜ੍ਹੀ ਲਿਖੀ ਗੱਲ ਕੀਤੀ ਹੈ ਅ ਅੱਗੇ ਹੈ ਰਵਿੰਦਰ ਸਿੰਘ ਜੀ ਰਵਿੰਦਰ ਸਿੰਘ ਜੀ ਲਿਖਦੇ ਆ ਜੇ ਤੈਨੂੰ ਕੱਲਾ ਚਾਨਣੀ ਚਾਹੀਦਾ ਤਾਂ ਮੇਰਾ ਚਾਨਣ ਮੋੜ ਦੇ ਜੇ ਤੈਨੂੰ ਕੱਲਾ ਚਾਨਣੀ ਚਾਹੀਦਾ ਮੇਰਾ ਚਾਨਣ ਮੋੜ ਦੇ ਜੇ ਤੈਨੂੰ ਚਾਨਣ ਦੀ ਵੀ ਲੋੜ ਤਾਂ ਮੇਰੇ ਦਾਗ ਵੀ ਰੱਖ ਹੂੰ ਜੇ ਤੈਨੂੰ ਚਾਨਣ ਦੀ ਵੀ ਲੋੜ ਤਾਂ ਮੇਰੇ ਦਾਗ ਵੀ ਰੱਖ ਜੇ ਤੈਨੂੰ ਕੱਲਾ ਫੁੱਲ ਹੀ ਚਾਹੀਦਾ ਤਾਂ ਮੇਰੀ ਮਹਿਕ ਮੋੜ ਦੇ ਜੇ ਤੈਨੂੰ ਮਹਿਕ ਦੀ ਵੀ ਲੋੜ ਤਾਂ ਮੇਰੇ ਕੰਡੇ ਵੀ ਰੱਖ ਜੇ ਤੈਨੂੰ ਕੱਲੀ ਮੰਜ਼ਲ ਚਾਹੀਦੀ ਤਾਂ ਮੇਰੇ ਰਾਹ ਮੋੜ ਦੇ ਜੇ ਤੈਨੂੰ ਰਾਹ ਦੀ ਵੀ ਲੋੜ ਤਾਂ ਮੇਰੇ ਪੈਰ ਵੀ ਰੱਖ ਹ ਇੱਥੇ ਰੱਖ ਜੇ ਤੈਨੂੰ ਕਲੀਆਂ ਜੇ ਤੈਨੂੰ ਕਲੀਆਂ ਕਣੀਆਂ ਚਾਹੀਦੀਆਂ ਜੇ ਤੈਨੂੰ ਕਲੀਆਂ ਕਣੀਆਂ ਚਾਹੀਦੀਆਂ ਤਾਂ ਮੇਰੇ ਬੱਦਲ ਮੋੜ ਦੇ ਜੇ ਤੈਨੂੰ ਬੱਦਲਾਂ ਦੀ ਵੀ ਲੋੜ ਤਾਂ ਮੇਰੀ ਪਿਆਸ ਵੀ ਰੱਖ ਹ ਇੱਥੇ ਰੱਖ ਕਿਆ ਬਾਤ ਅਰਵਿੰਦਰ ਸਿੰਘ ਬਹੁਤ ਅੱਛੇ ਬਹੁਤ ਵਧੀਆ ਅੱਗੇ ਜੀ ਗਿਆਨ ਬਣ ਰਹੇ ਨੇ ਸਾਨੂੰ ਮਤਲਬ ਗਿਆਨ ਦੀ ਰਚਨਾ ਲੈ ਕੇ ਆਨੇ ਨਾ ਟਾਈਟਲ ਹੈ ਗਿਆਨ ਨਾਮ ਇਹਨਾਂ ਦਾ ਸਿਮਰ ਲਿੱਤਰ ਲਿਖਦੇ ਆ ਸਾਡਾ ਗੁਰੂ ਗਿਆਨ ਆ ਅਸੀਂ ਵੀ ਅ ਗਿਆਨ ਆ ਸਾਡਾ ਗੁਰੂ ਗਿਆਨ ਆ ਅਸੀਂ ਫਿਰ ਵੀ ਅ ਗਿਆਨ ਆ ਅਸੀਂ ਸਿੱਖੀ ਸਿੱਖੀ ਕਰਦੇ ਆ ਅਸੀਂ ਸਿੱਖੀ ਸਿੱਖੀ ਨਹੀਂ ਅਸੀਂ ਬਲਿਹਾਰੀ ਕੁਦਰਤ ਬਸਿਆ ਪੜਦੇ ਆ ਪਰ ਅਸੀਂ ਮੰਨਿਆ ਨਹੀਂ ਅਸੀਂ ਸਿਰ ਉਹਦੇ ਅੱਗੇ ਜੁੜਨੇ ਆ ਪਰ ਹੋਰ ਦਰ ਵੀ ਕੋਈ ਛੱਡਿਆ ਨਹੀਂ ਅਸੀਂ ਸਿੱਖੀ ਸਿੱਖੀ ਕਰਦੇ ਆ ਪਰ ਸਿੱਖੀ ਸਿੱਖੀ ਨਹੀਂ ਬਹੁਤ ਕਟੀਆਂ ਰਾਤਾਂ ਸਜਣੋ ਹੁਣ ਦਿਨ ਜਿਉਉਣੇ ਆ ਸੀ ਚਾਨਣ ਦੇ ਉਪਜੇ ਆ ਸੀ ਘਰ ਘਰ ਚਾਨਣ ਫਿਲਾਉਣੇ ਆ ਹੁਣ ਸਿੱਖੀ ਸਿੱਖੀ ਕਰ ਸਜਣਾ ਅਸੀਂ ਸਿੱਖੀ ਸਿੱਖਣੀ ਆ ਜੋ ਗੱਲ ਕਹੀ ਸਾਡੇ ਗੁਰੂਆਂ ਨੇ ਉਹ ਕਹਿਣੀ ਨਹੀਂ ਕੱਲੀ ਕਹਿਣੀ ਨਹੀਂ ਕਰਕੇ ਦਿਖਾਉਣੀ ਆ ਗਿਆਨ 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 ਬਹੁਤ ਅੱਛਾ ਲਿਖਿਆ ਸੀ ਬਹੁਤ ਵਧੀਆ ਔਰ ਲੇਖਣ ਵਾਲੇ ਦਾ ਨਾਮ ਸੀ ਸਿਮਰ ਲਿੱਤਰ ਅੱਗੇ ਜਿਹੜੀ ਰਚਨਾ ਹੈ ਉਹ ਹੈ ਕਿ ਗਰੇਵਾਲ ਗਰੇਵਾਲ ਮੰਦਰ ਦੇ ਨਾਂ ਤੇ ਇਹਨਾਂ ਦੀ ਆਈਡੀ ਬਣੀ ਹੋਈ ਹੈ ਲਿਖਦੇ ਆ ਆਪਣੇ ਜਿਹੀ ਅੰਬਰ ਤੇ ਆਪਣੀ ਜਹੀ ਰੁੱਤ ਹੋਵੇ ਆਪਣੇ ਹੀ ਆਥਣ ਦੁਪਹਿਰਾ ਤੇ ਸਵੇਰ ਹੋਣ ਇੱਕ ਵਾਰੀ ਫੇਰ ਮੈਂ ਪੰਜਾਬ ਵਿੱਚ ਜਮ ਲਵਾਂ ਆਪਣੀ ਜਹੀ ਧਰਤੀ ਦੇ ਨਾਲ ਮੇਲ ਫੇਰ ਹੋਣ ਇੱਕ ਵਾਰੀ ਫੇਰ ਜੋੜੇ ਹਲ ਕੋਈ ਬੈਲਾਂ ਦੇ ਨਾਲ ਬਾਬਿਆਂ ਦੇ ਬੂਲ ਕੰਨੀ ਪੈਂਦੇ ਮੂੰਹ ਹਨੇਰੇ ਹੋਣ ਚੁੱਲ੍ਹੇ ਕੋਲ ਬੈਠੀ ਬੀਬੀ ਕਾੜੀ ਜਾਂਦੀ ਚਾਹ ਹੋਵੇ ਮੇਰੇ ਮੰਜੇ ਡਾਹੇ ਜਮਾਂ ਨੇੜ ਨੇੜ ਹੋਣ ਆਪਣੇ ਜਿਹੀ ਅੰਬਰ ਤੇ ਆਪਣੀ ਜਹੀ ਰੁੱਤ ਹੋਵੇ ਆਪਣੇ ਹੀ ਆਥਣ ਦੁਪਹਿਰਾ ਤੇ ਸਵੇਰ ਹੋਣ ਕੇ ਗਰੇਵਾਲ ਜੀ ਦੀ ਰਚਨਾ ਸੀ ਇਹ ਅੱਗੇ ਹੈ ਜਗਰਾਜ ਦੀਪ ਸਿੰਘ ਦੇਖਦੇ ਨੇ ਹੌਲੀ ਕਰ ਕਰਤਾ ਹੌਲੀ ਕਰ ਰਫਤਾਰ ਜ਼ਿੰਦਗੀ ਮੈਂ ਪਿੱਛੇ ਰਹਿ ਗਿਆ ਹਾਂ ਹਮ ਹਲੋ ਜ਼ਿੰਦਗੀ ਹੌਲੀ ਕਰ ਰਫਤਾਰ ਜ਼ਿੰਦਗੀ ਮੈਂ ਪਿੱਛੇ ਰਹਿ ਗਿਆ ਹਾਂ ਤੇਰੇ ਪਿੱਛੇ ਆਉਂਦਾ ਥੱਕ ਕੇ ਮੈਂ ਜ਼ਮੀਨ ਤੇ ਪੈ ਗਿਆ ਹਾਂ ਜਾਣਾ ਕਿੱਥੇ ਤਾਂ ਦੱਸ ਦੇ ਆਪਾਂ ਦੋਨਾਂ ਨੇ ਦੌੜ ਕੇ ਤੂੰ ਮੁੱਕ ਚੱਲੀ ਮੈਂ ਮੁੱਕ ਜਾਣਾ ਮੁੱਕਣਾ ਨਹੀਂ ਇਸ ਦੌੜ ਨੇ ਧੁੱਪ ਕਿਉਂ ਖੜੀ ਛਾਵੇਂ ਆ ਜਾ ਧੁੱਪੇ ਕਿਉਂ ਖੜੀ ਛਾਵੇਂ ਆ ਜਾ ਗੁਰੂ ਨਾਨਕ ਤਰੀ ਬੈਠਾ ਛਾਂ ਨਹੀਂ ਹਾਂ ਸੱਚ ਦੌੜ ਚ ਪੁੱਛਣਾ ਹੀ ਭੁੱਲ ਗਿਆ ਜਿੰਦੜੀਏ ਕੀ ਹੈ ਅਸਲੀ ਤੇਰਾ ਨਾਮ ਨਹੀਂ ਹੂੰ ਭੀੜ ਚ ਗਵਾਜਣੇ ਅਸੀਂ ਤੇ ਜ਼ਿੰਦਗੀ ਨਾਲ ਗੜਬੜ ਕਰ ਪੈਂਦੇ ਆ ਇਹਦੇ ਵਿੱਚ ਬਹੁਤ ਸੋਹਣੀਆਂ ਗੱਲਾਂ ਕਰ ਰਿਹਾ ਜਗਰਾਜ ਦੀਪ ਸਿੰਘ ਬਹੁਤ ਅੱਛੇ ਜਗਰਾਜ ਕੀ ਖੱਟਿਆ ਤੂੰ ਕੀ ਖੱਟਿਆ ਮੈਂ ਆ ਬਹਿ ਲਈਏ ਹਿਸਾਬ ਆਪਾਂ ਭਗਾ ਕੇ ਸੁਟ ਕੀ ਕਰਨਾ ਮੈਂ ਐਵੇਂ ਦੁੱਖਾਂ ਦਾ ਖਿੱਚੀ ਜਾਂਦੇ ਭਾਰ ਆਪਾਂ ਮੈਂ ਜੰਜ ਲੈ ਤੈਨੂੰ ਵਿਹਣ ਆਇਆ ਤੂੰ ਭੱਜ ਕੇ ਹੋਗੀ ਫਰਾਰ ਨਹੀਂ ਹਕੀਕਤ ਨੇ ਆ ਚਪੇੜ ਮਾਰੀ ਖੜ ਬੇਖਦੀ ਰਹੀ ਮੇਰੇ ਸੁਪਨਿਆਂ ਦੀ ਬਾ ਰਾਤਨੀ ਬਹੁਤ ਅੱਛਾ ਆਈਡੀਆ ਹੈ ਜਗਰਾਜਦੀਪ ਸਿੰਘ ਜਗਰਾਜਦੀਪ ਸਿੰਘ ਗੱਲ ਇਦਾਂ ਵੀਰੇ ਵੀ ਥੋੜੀ ਜੀ ਹੋਰ ਮਿਹਨਤ ਕਰੋ ਵਿਚਾਰ ਬਹੁਤ ਅੱਛੇ ਨੇ ਔਰ ਆਈਡੀਆ ਬਹੁਤ ਅੱਛਾ ਹੈ ਸੋਚ ਬਹੁਤ ਅੱਛੀ ਹੈ ਕਵਤਾ ਹੌਣੀ ਹੌਲੀ 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 ਰਾਤ ਤੇ ਪੈਗੀ ਪੜਿਆ ਕਰੋ ਕਿਤਾਬਾਂ ਪੜਿਆ ਕਰੋ ਚੰਗੇ ਸ਼ਾਇਰਾਂ ਨੂੰ ਪੜੋ ਚੰਗੇ ਲੇਖਕਾਂ ਨੂੰ ਪੜੋ ਕਹਾਣੀਆਂ ਨਾਵਲ ਕਵਤਾਵਾਂ ਗ਼ਜ਼ਲ ਪੜੋ ਵਾਰਤਕ ਪੜੋ ਅੱਗੇ ਲਿਖਦੇ ਆ ਗੁਰਮੁਖ ਫਿਰਦौसी ਗੁਰਮੁਖ ਫਿਰਦौसी ਜੀ ਲਿਖਦੇ ਆ ਅਜ਼ਲਾਂ ਤੋਂ ਮੋਢਿਆਂ ਤੇ ਕਤਰਾ ਜਿਹਾ ਕਰਜ਼ ਹੈ ਕਿ ਦਿਸੇ ਨਾ ਇਲਾਜ ਕੋਈ ਇੱਕ ਹੀ ਮਰਜ਼ ਹੈ ਹੂੰ ਥੋੜਾ ਕਰੈਕਟਰ ਚੇਂਜ ਕਰਦੇ ਆ ਕਿ ਅਜ਼ਲਾਂ ਤੋਂ ਮੋਢਿਆਂ ਤੇ ਕਤਰਾ ਜਿਹਾ ਕਰਜ਼ ਹੈ ਤੇ ਦਸੇ ਨਾ ਇਲਾਜ ਕੋਈ ਇੱਕ ਹੀ ਮਰਜ਼ ਹੈ ਕਦਮ ਦਰ ਕਦਮ ਜਿਹੜੇ ਹੋਏ ਨੇ ਗੁਨਾਹ ਕਦੇ ਉਹਨਾਂ ਗੁਨਾਹਗਾਰਾਂ ਵਿੱਚ ਮੇਰਾ ਨਾਂ ਵੀ ਦਰਜ ਹੈ ਹੈ ਇੱਕ ਛਿਟ ਚਾਨਣੀ ਦੀ ਕਰਦੇ ਨੇ ਭਾਵ ਜਿਹੜੇ ਉਹਨਾਂ ਲਈ ਲਫ਼ਜ਼ ਲਿਖਾਂ ਇਹ ਵੀ ਮੇਰਾ ਫਰਜ਼ ਹੈ ਮਸਲੇ ਮਜ਼ਬ ਦੇ ਨੇ ਅਮਨ ਦਾ ਉਜਾੜਾ ਕੀਤਾ ਬੁਰੀ ਚੀਜ਼ ਬੁਰੀ ਕਹਿਣਾ ਇਹਦੇ ਵਿੱਚ ਕੀ ਹਰਜ਼ ਹੈ ਬੁਰੀ ਚੀਜ਼ ਨੂੰ ਬੁਰੀ ਕਹਿਣਾ ਇਹਦੇ ਵਿੱਚ ਕੀ ਹਰਜ਼ ਹੈ ਬੜਾ ਸੋਹਣਾ ਲਿਖਿਆ ਹੈ ਗੁਰਮੁਖ ਫਿਰਦਾਸੀ ਨੇ ਅੱਜ ਦੀਆਂ ਰਚਨਾਵਾਂ ਬਹੁਤ ਅੱਛੀਆਂ ਬਹੁਤ ਵਧੀਆ ਮੈਨੂੰ ਲੱਗਦਾ ਤੁਸੀਂ ਵੀ ਆਨੰਦ ਮਾਣਿਆ ਹੋਵੇਗਾ ਸੋ ਤੁਹਾਡੀਆਂ ਰਚਨਾਵਾਂ ਪੜਦੇ ਰਹੀਦਾ ਹਾਲੇ ਬਹੁਤ ਢੇਰ ਸਾਰੀਆਂ ਰਚਨਾਵਾਂ ਪੜ੍ਹੀਆਂ ਨੇ ਜਿਹੜੇ ਨਵੇਂ ਲੰਬਾ ਦੇ ਰਹੇ ਨੇ ਕਿ ਸਾਡੀ ਰਚਨਾ ਸ਼ਾਮਲ ਨਹੀਂ ਕਰਦੇ ਸਾਡੀ ਰਚਨਾ ਸ਼ਾਮਲ ਨਹੀਂ ਕਰਦੇ ਮੇਰੇ ਦੋਸਤ ਹਲੇ ਤਾਂ ਇਹ ਮਈ ਦੇ ਮੱਧ ਚ ਮੰਗਾਈਆਂ ਸੀ ਰਚਨਾ ਉਹ ਹੀ ਪੜਿਆ ਜਾ ਰਹੀਆਂ ਨੇ ਹਲੇ ਹੋਰ ਪਈਆਂ ਨੇ ਜਦੋਂ ਇਹ ਲੋਟ ਦੇ ਵਿੱਚੋਂ ਇਹ ਗੱਲੇ ਦੇ ਵਿੱਚੋਂ ਇਹ ਇਹ ਰਚਨਾਵਾਂ ਸਾਰੀਆਂ ਪੜਤੀਆਂ ਫਿਰ ਨਵੀਆਂ ਮੰਗਾ ਫਿਰ ਨਵੀਆਂ ਦੀਆਂ ਪੜਦਾਂਗੇ ਠੀਕ ਹੈ ਪਰ ਹੁੰਦਾ ਇਹ ਵੀ ਬੰਦਾ ਜਿਹਦੀ ਰਚਨਾ ਪੜਦੰਨਾ ਉਹ ਮੁੜ ਕੇ ਕਹਿੰਦਾ ਚਲੋ ਜੀ ਕੀ ਸੁਣਨਾ ਪਰ ਕੋਈ ਕੋਈ ਹਰ ਸਾਰੇ ਨਹੀਂ ਕਰਦੇ ਲਵ ਯੂ ਆਲ ਤੁਸੀਂ ਬਹੁਤ ਵਧੀਆ ਰਿਸਪੌਂਸ ਦਿੰਨੇ ਹੋ ਥੈਂਕ ਯੂ ਵੈਰੀ ਮੱਚ ਜਥੇ ਕਿਤੇ ਗਲਤੀ ਹੁੰਦੀ ਹੈ ਦੱਸ ਦਿਆ ਕਰੋ ਸਮਝਾ ਦਿਆ ਕਰੋ ਖੁਸ਼ ਰਹੋ ਆਪਣੀ ਸਿਹਤ ਦਾ ਖਿਆਲ ਰੱਖੋ ਆਸ-ਪਾਸੇ ਦਾ ਖਿਆਲ ਰੱਖੋ ਜ਼ਿੰਦਗੀ ਜ਼ਿੰਦਾਬਾਦ ਲਵ ਯੂ ਆਲ 1 ਮਿੰਟ 1 ਮਿੰਟ 1 ਮਿੰਟ 1 ਮਿੰਟ ਸਬਸਕ੍ਰਾਈਬ ਕਰ ਲਿਓ ਚੈਨਲ ਠੀਕ ਹੈ ਤੇ ਘੰਟੀ ਵਾਲਾ ਬਟਨ ਦਬ ਦਿਆ ਕਰੋ ਤਾਂ ਕਿ ਘੰਟੀ ਵਾਲਾ ਬਟਨ ਇੱਕ ਵਾਰ ਦਬਣਾ ਬਾਰ-ਬਾਰ ਨਾ ਦਬਦਿਆ ਕਰੋ ਜਿਹਨੇ ਨਹੀਂ ਦਬਿਆ ਘੰਟੀ ਦਾ ਬਟਨ ਵੀ ਦਬ ਦਿਓ ਸਬਸਕ੍ਰਾਈਬ ਵੀ ਕਰ ਦਿਓ ਜਦੋਂ ਕੋਈ ਨਵੀਂ ਚੀਜ਼ ਪਾਉਣੀ ਆ ਤੁਹਾਨੂੰ ਪਤਾ ਲੱਗ ਜਾਇਆ ਕਰੂਗਾ ਬਾਕੀ ਚੰਗਾ ਜਿਹੜਾ ਬੋਲਦੇ ਨੇ ਚੰਗਾ ਸੁਣਦੇ ਨੇ ਚੰਗਾ ਵੇਖਦੇ ਨੇ ਉਹਨਾਂ ਦੀ ਸੁਣਿਆ ਕਰੋ ਹਾਂ ਸਾਡੂ ਜਿਹੜੇ ਸ਼ਾਬਾਸ਼ ਦਿੰਦੇ ਨੇ ਮੈਨੂੰ ਉਹਨਾਂ ਦਾ ਧਿਆਨ ਰੱਖ ਲਿਆ ਕਰੋ ਜਿਹੜੇ ਕੁਝ ਸਮਝਾਉਂਦੇ ਨੇ ਉਹਨਾਂ ਵੱਲ ਧਿਆਨ ਕਰੋ ਬਾਕੀ ਸਭ ਦੀ ਆਪੋ ਆਪਣੀ ਡਿਊਟੀ ਹੈ ਜਿਹੜੇ ਗਾਲਾਂ ਵੀ ਕੱਢਦੇ ਆ ਸਾਨੂੰ ਉਹਨਾਂ ਦੀ ਵੀ ਆਪਣੀ ਡਿਊਟੀ ਹੈ ਉਹ ਆਪਣੀ ਅਕਲਮ ਤੱਕ ਵਰਤ ਕੇ ਕੰਮ ਕਰਦੇ ਆ ਆਪਾਂ ਆਪਣੇ ਮੁਤਾਬਕ ਕੰਮ ਕਰਨਾ ਠੀਕ ਹੈ ਜ਼ਿੰਦਗੀ ਜ਼ਿੰਦਾਬਾਦ 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 ਲਵ ਯੂ ਆਲ ਲਵ ਯੂ ਆਲ ਲਵ ਯੂ ਆਲ ਲਵ ਯੂ